ਅਸਲਾਮ ਵਾਲੇਕੁਮ ਨਾਜ਼ਰੀਨ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਸਾਜਿਦ ਵਿਰਕ ਅਤੇ ਤੁਸੀਂ ਵੇਖ ਰਹੇ ਜੀ ਯੂਟਿਊਬ ਚੈਨਲ ਮੇਰਾ ਦੇਸ਼ ਪੰਜਾਬ ਟੀਵੀ। ਜਿਵੇਂ ਕਿ ਵੀਰ ਭਰਾ ਜਾਣਦੇ ਨੇ, ਅਸੀਂ ਰੋਜ਼ ਕੁਛ ਜਾਨਵਰਾਂ ਦੀ ਵੀਡੀਓ ਲੈ ਕੇ ਹਾਜ਼ਰ ਹੁੰਦੇ ਹਾਂ। ਅੱਜ ਵੀ ਬੜੇ ਖੂਬਸੂਰਤ ਜਾਨਵਰ ਲੈ ਕੇ ਆਏ ਹਾਂ। ਉਮੀਦ ਕਰਦੇ ਹਾਂ ਤੁਹਾਨੂੰ ਸਾਡੇ ਅੱਜ ਵਾਲੀ ਵੀਡੀਓ ਦੇ ਜਾਨਵਰ ਵੀ ਪਸੰਦ ਆਉਣਗੇ। ਸਾਡਾ ਚੈਨਲ ਸਬਸਕ੍ਰਾਈਬ ਅਤੇ ਲਾਈਕ ਸ਼ੇਅਰ ਲਾਜ਼ਮੀ ਕਰੋ ਤਾਂ ਕਿ ਤੁਹਾਨੂੰ ਨਈ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ। ਜਿਵੇਂ ਕਿ ਵੀਰ ਜਾਣਦੇ ਨੇ, ਕੁਰਬਾਨੀ ਦਾ ਸੀਜ਼ਨ ਚੱਲ ਰਿਹਾ ਅਤੇ ਕੁਰਬਾਨੀ ਦੇ ਜਾਨਵਰਾਂ ਦੀ ਡਿਮਾਂਡ ਜ਼ਿਆਦਾ ਹੈ। ਅਤੇ ਅਸੀਂ ਵੀਰਾਂ ਦੇ ਖਵਾਹਿਸ਼ਾਤ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਕੁਰਬਾਨੀ ਵਾਲਾ ਜਾਨਵਰ ਲੈ ਕੇ ਆਏ ਹਾਂ। ਅਤੇ ਮਾਸ਼ਾਅੱਲਾ ਬੜਾ ਹੀ ਲਾਜਵਾਬ ਜਾਨਵਰ ਹੈ। ਅਤੇ ਮੇਰਾ ਕੈਮਰਾਮੈਨ ਤੁਹਾਨੂੰ ਜਾਨਵਰ ਦਿਖਾਉਂਦਾ ਹੈ। ਬੜਾ ਹੀ ਖੂਬਸੂਰਤ, ਬੜਾ ਹੀ ਲਾਜਵਾਬ ਅਤੇ ਸੋਹਣਾ ਜਾਨਵਰ। ਜਿਵੇਂ ਕਿ ਵੀਰ ਭਰਾ ਜਾਣਦੇ ਨੇ, ਕੁਰਬਾਨੀ ਐਸੇ ਜਾਨਵਰ ਦੀ ਦਿੱਤੀ ਜਾਂਦੀ ਜਿਹੜਾ ਖੂਬਸੂਰਤ ਹੋਵੇ, ਕੁਆਲਿਟੀ ਵਿੱਚ ਵੀ ਪੂਰਾ ਹੋਵੇ। ਹਰ ਇਨਸਾਨ ਦੀ ਖੁਆਇਸ਼ ਹੁੰਦੀ ਹੈ ਕਿ ਪਿਆਰੇ ਤੋਂ ਪਿਆਰੇ ਜਾਨਵਰ ਦੀ ਕੁਰਬਾਨੀ ਦਿੱਤੀ ਜਾਵੇ। ਪਿਓਰ ਫ੍ਰੀਜ਼ੀਅਨ ਨਸਲ, ਬਲੈਕ ਅਤੇ ਵਾਈਟ ਕਲਰ ਵਿੱਚ, ਕਮੋ ਬੇਸ਼ ਹਾਈਟ ਤਕਰੀਬਨ 6 ਫਿੱਟ ਹੋਵੇਗੀ, ਇਹਦੀ ਲੰਬਾਈ ਤਕਰੀਬਨ 10 ਤੋਂ 12 ਫੁੱਟ। ਬੜਾ ਹੀ ਪਿਆਰਾ ਹਾਥੀ ਤਰ੍ਹਾਂ ਸਾਂਭਿਆ ਹੋਇਆ ਜਾਨਵਰ ਹੈ, ਜੈਨਮਿਨ ਕੋਨਾ। ਇਹ ਵੀਰ ਭਰਾ ਬਰੀਡਿੰਗ ਵਾਸਤੇ ਵੀ ਰੱਖ ਸਕਦੇ ਨੇ। ਬੜਾ ਹੀ ਲਾਜਵਾਬ ਤੋਹਫਾ ਹੈ। ਬਹੁਤ ਹੀ ਕਮ ਜਾਨਵਰ ਐਸੇ ਮਿਲਦੇ ਨੇ ਜਿਹੜੇ ਕੁਆਲਿਟੀ ਵੱਲੋਂ ਪੂਰੇ ਹੋਣ, ਇਹਦੇ ਵਿੱਚ ਸਾਰੀਆਂ ਖੂਬੀਆਂ ਪਾਈਆਂ ਜਾਣ। ਮਾਸ਼ਾਅੱਲਾ ਬਹੁਤ ਹੀ ਪਿਆਰਾ, ਬਹੁਤ ਹੀ ਲਾਜਵਾਬ ਜਾਨਵਰ। ਸਭ ਕੁਛ ਕੈਮਰੇ ਦੀ ਨਜ਼ਰ ਦੇ ਸਾਹਮਣੇ ਹੈ। ਮੇਰੇ ਵੀਰ ਭਰਾ ਤਸੱਲੀ ਕਰ ਲੈਣ, ਬਹੁਤ ਹੀ ਖੂਬਸੂਰਤ ਜਾਨਵਰ। ਲੈਣੇ ਦੇਣੇ ਨਸੀਬ ਹੁੰਦੇ ਨੇ, ਸੌਦੇ ਨਸੀਬਾਂ ਦੇ ਨੇ। ਖੂਬਸੂਰਤੀ 'ਚ ਅਤੇ ਸੰਭਾਈ 'ਚ ਕੋਈ ਸ਼ੱਕ ਨਹੀਂ ਗਾ। ਹਾਥੀ ਤੇਰਾ ਜਿਸਮ ਪੂਰੀ ਮਿਹਨਤ ਨਾਲ ਅਤੇ ਲਗਨ ਨਾਲ ਸਾਂਭਿਆ ਜਾਨਵਰ ਹੈ। ਬੜਾ ਹੀ ਪਿਆਰਾ, ਮਾਸ਼ਾਅੱਲਾ ਸੁਬਾਨ ਅੱਲਾ, ਬਹੁਤ ਹੀ ਲਾਜਵਾਬ ਜਾਨਵਰ, ਕਮਾਲ ਦਾ ਜਾਨਵਰ ਹੈ। ਦੂਸਰਾ ਜਾਨਵਰ ਇਹ ਹੈ ਦੇਸੀ ਜਾਨਵਰ, ਇਹ ਵੀ ਕਮਾਲ ਦਾ, ਮਾਸ਼ਾਅੱਲਾ ਬੜਾ ਹੀ ਪਿਆਰਾ ਜਾਨਵਰ ਹੈ, ਬਹੁਤ ਹੀ ਸੋਹਣਾ ਜਾਨਵਰ। ਮੇਰੇ ਵੀਰ ਭਰਾ ਤਸੱਲੀ ਕਰ ਲੈਣ, ਸਭ ਕੁਛ ਕੈਮਰੇ ਦੀ ਨਜ਼ਰ ਦੇ ਸਾਹਮਣੇ ਹੈ, ਤੁਹਾਡੇ ਤੋਂ ਕੋਈ ਸ਼ੈ ਛੁਪਾਈ ਨਹੀਂ, ਸਭ ਕੁਛ ਤੁਹਾਡੀ ਨਜ਼ਰ ਦੇ ਸਾਹਮਣੇ ਹੈ। ਇਹ ਦੋ ਜਾਨਵਰ ਨੇ ਬੜੇ ਪਿਆਰੇ ਅਤੇ ਲਾਜਵਾਬ ਅਸੀਲ ਜਾਨਵਰ ਨੇ, ਦੋਵੇਂ ਹੀ ਬਹੁਤ ਹੀ ਪਿਆਰੇ ਅਤੇ ਸੋਹਣੇ ਜਾਨਵਰ ਨੇ। ਮੇਰੇ ਵੀਰ ਭਰਾ ਤਸੱਲੀ ਕਰ ਲੈਣ, ਤੁਹਾਨੂੰ ਕੈਮਰਾਮੈਨ ਤਸੱਲੀ ਕਰਵਾ ਰਿਹਾ ਹੈ, ਸਭ ਤਸੱਲੀ ਨਾਲ ਵੇਖ ਲੈਣ, ਸਭ ਕੁਛ ਤੁਹਾਡੀ ਨਜ਼ਰ ਦੇ ਸਾਹਮਣੇ, ਤੁਹਾਡੇ ਤੋਂ ਕੋਈ ਚੀਜ਼ ਉਜਲ ਨਹੀਂ। ਮਾਸ਼ਾਅੱਲਾ ਬਹੁਤ ਹੀ ਪਿਆਰਾ ਜਾਨਵਰ ਹੈ। ਸਭ ਕੁਛ ਵੇਖ ਲਿਆ ਮੇਰੇ ਵੀਰਾਂ ਨੇ, ਮੇਰੇ ਕੈਮਰਾਮੈਨ ਨੇ ਸਾਰਾ ਤੁਹਾਨੂੰ ਜਾਨਵਰ ਤਸੱਲੀ ਨਾਲ ਵਿਖਾਤੇ ਨੇ। ਹੁਣ ਆਪਾਂ ਬਾਈ ਨੂੰ ਮਿਲਦੇ ਹਾਂ, ਪੁੱਛਦੇ ਹਾਂ ਕੀ ਹਿਸਾਬ ਕਿਤਾਬ ਮੈਨੂੰ। ਅਸਲਾਮ ਵਾਲੇਕੁਮ ਬਾਈ। ਬਾਈ ਕੀ ਹਾਲ ਚਾਲ ਨੇ? ਠੀਕ ਠਾਕ ਹੋ? ਅੱਛਾ, ਕਿਹੜੀ ਨਸਲ ਦਾ ਤੁਹਾਡਾ ਬੱਚਾ ਉਰਲਾ ਜੀ? ਫ੍ਰੀਜ਼ਨ ਹੈ ਜੀ। ਫ੍ਰੀਜ਼ਨ ਅਤੇ ਘਰ ਦਾ ਕਿ ਮੁੱਲ ਲਿਆਂਦਾ ਜੀ? ਇਹ ਮੁੱਲ ਲਿਆ ਸੀ ਜੀ ਬਾਹਰ। ਅੱਛਾ, ਇੰਪੋਰਟਡ ਹੈ? ਅੱਛਾ, ਇਹ ਮੂੰਹੋਂ ਕਿਵੇਂ? ਇਹ ਮੂੰਹੋਂ 6 ਹੁਣ ਕੱਢਦਾ ਪਿਆ ਜੀ, ਛਿੱਗਾ ਮਸਲੂਮ ਦਾ, ਮਤਲਬ ਛਿੱਗੇ ਹੁਣ ਕੱਢਦਾ ਬੱਚੇ ਕਿਤੇ ਤਾਂ। ਅੱਛਾ, ਅਤੇ ਕੀ ਪਾਉਂਦੇ ਰਹੇ ਜੀ ਇਹਨੂੰ? ਇਹਨੂੰ ਜੀ ਵੰਡਾ, ਮੱਕੀ ਦਾ ਦਲੀਆ, ਕਣਕ ਦਾ ਦਲੀਆ। ਅੱਛਾ, ਵੰਡਾ ਪਾਉਂਦੇ। ਠੀਕ ਹੋ। ਅਤੇ ਜਿਹੜਾ ਦੂਸਰਾ ਜਾਨਵਰ, ਉਹ ਮੂੰਹ ਕਿਵੇਂ? ਉਹ ਦੁੰਦਾ ਜੀ। ਉਹ ਵੀ ਕਰਦਾ ਕਿ ਮੁੱਲਦਾ? ਉਹ ਵੀ ਸਾਡੇ ਘਰ ਦਾ। ਠੀਕ ਹੋ ਗਿਆ, ਦੋਵੇਂ ਜਾਨਵਰ ਹਾਂਜੀ ਘਰੇ ਸਾਂਭੇ ਹੋਏ ਨੇ ਆਪਦੇ? ਹਾਂਜੀ ਘਰ। ਅੱਛਾ ਜੀ, ਇਹ ਦੋਵਾਂ ਦੇ ਮੁੱਲ ਇਕੱਠਾ ਕਰੋਗੇ ਕਿ ਲਹਿਦਾ ਲਹਿਦਾ ਕਰੋਗੇ? ਇਹਨਾਂ ਦੇ ਜੀ ਲਹਿਦਾ ਲਹਿਦਾ ਮੁੱਲ ਕਰਾਂਗੇ। ਅੱਛਾ ਜੀ, ਪਹਿਲੇ ਇੱਕ ਨੰਬਰ ਦਾ ਦੱਸੋ ਜਾਨਵਰ ਦਾ ਕੀ ਮੁੱਲ ਕਰੋਗੇ? ਪੱਕਾ ਜਿਹਾ ਮੁੱਲ ਕਰਾਂਗੇ ਜਿਹੜਾ ਆਪਾਂ ਲੈਣਾ, ਵਾਧੂ ਮੁੱਲ ਨਹੀਂ ਕਰਨਾ। ਇਹਦਾ ਮੁੱਲ ਹੈ ਜੀ 3 ਲੱਖ। ਅਤੇ ਦੂਸਰੇ ਜਾਨਵਰ ਦਾ? ਦੂਜੇ ਦਾ ਜੀ 1.5 ਲੱਖ। 1.5 ਲੱਖ। ਅਤੇ ਅਗਰ ਕੋਈ ਵੀਰ ਭਰਾ ਆਉਂਦਾ, ਕੋਈ ਰਿਆਇਤ ਕਰੋਗੇ? ਇਨਸ਼ਾਅੱਲਾ ਰਿਆਇਤ ਕਰਾਂਗੇ। ਠੀਕ ਹੋ ਗਿਆ ਜੀ, ਆਪਣਾ ਵਟਸਐਪ ਨੰਬਰ ਲਿਖਾ ਦਿਓ ਜੀ। 0344 0830 380। ਦੁਬਾਰਾ ਫਿਰ ਲਿਖਾ ਦਿਓ। 0344 0830
ਠੀਕ ਹੋ ਗਿਆ। ਦੁਬਾਰੇ ਇੱਕ ਦਫ਼ਾ ਫਿਰ ਨਾਜ਼ਰੀਨ ਨੂੰ ਆਪਦਾ ਰੇਟ ਦੱਸ ਦਿਓ ਜਾਨਵਰਾਂ ਦੇ ਦੁਬਾਰੇ। ਬੋਲੇ ਵਲੈਤੀ ਦਾ ਜੀ 3 ਲੱਖ ਹੈ ਜੀ, ਅਤੇ ਪਹਿਲੇ ਦੇਸੀ ਦਾ ਹੈਗਾ ਜੀ 1.5 ਲੱਖ।